अस्सलाम वालेकुम दोस्तों, स्वागत है आप सब दा पीरां फकीरां दी नगरी चैनल विच। दोस्तों आज मैं आप सब लिए बहुत ही शक्तिशाली रक्षा मंत्र लेके हाजिर होया हाँ। इस नूं सुलेमानी रक्षा मंत्र भी कहिंदे आ। एक छोटा जिहा कलमा है पर इस कलमे दे नाल साडी हर एक बुरी शक्ति तों वड्डी बुरी शक्ति तों ਸਾਡੀ ਰੱਖਿਆ ਹੁੰਦੀ ਹੈ, ਸਾਡੀ ਹਿਫਾਜ਼ਤ ਹੁੰਦੀ ਹੈ। ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਵਿਧੀ ਦੱਸਾਂਗੇ, ਮੰਤਰ ਦੱਸਾਂਗੇ, ਕਲਮਾ ਦੱਸਾਂਗੇ ਅਤੇ ਕਿਵੇਂ ਇਸ ਮੰਤਰ ਨੂੰ, ਇਸ ਕਲਮੇ ਨੂੰ ਸਿੱਧ ਕਰਨਾ ਹੈ ਉਹ ਸਾਰੀ ਵਿਧੀ ਦੱਸਾਂਗੇ ਅਤੇ ਇਸ ਮੰਤਰ ਦਾ ਇਸਤੇਮਾਲ ਕਿਵੇਂ ਕਰਨਾ ਹੈ ਉਹ ਵੀ ਵਿਧੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਦੋਸਤੋ ਆਪਾਂ ਰੱਖਿਆ ਮੰਤਰ ਸਿੱਧ ਕਿਉਂ ਕਰਦੇ ਹਾਂ? ਕਈ ਵਾਰ ਆਪਾਂ ਨੂੰ ਇੱਦਾਂ ਹੁੰਦਾ ਕਿ ਆਪਾਂ ਨੇ ਕੋਈ ਸਾਧਨਾ ਕਰਨੀ ਹੈ, ਕਈ ਸਾਧਨਾ ਖਤਰਨਾਕ ਹੁੰਦੀਆਂ ਆ ਜਿਨ੍ਹਾਂ ਦੇ ਵਿੱਚ ਜਾਨ ਦਾ ਖਤਰਾ ਵੀ ਹੁੰਦਾ ਆ, ਤਾਂ ਇਸ ਲਈ ਉਹਨਾਂ ਖਤਰਿਆਂ ਤੋਂ ਬਚਣ ਲਈ ਸਾਨੂੰ ਰੱਖਿਆ ਮੰਤਰ ਦੇ ਨਾਲ ਰੱਖਿਆ ਘੇਰਾ, ਸੁਰੱਖਿਆ ਘੇਰਾ ਲਗਾਉਣਾ ਪੈਂਦਾ ਆ, ਜਿਸ ਦੇ ਨਾਲ ਸਾਡੇ 'ਤੇ ਕਿਸੇ ਵੀ ਬੁਰੀ ਸ਼ਕਤੀ ਦਾ ਪ੍ਰਭਾਵ ਨਹੀਂ ਪੈਂਦਾ, ਸ਼ਕਤੀਆਂ ਤੋਂ ਹਿਫਾਜ਼ਤ ਰਹਿੰਦੀ ਆ। ਦੋਸਤੋ ਜਦ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਲਿਆ ਤਾਂ ਇਸ ਮੰਤਰ ਦਾ ਪ੍ਰਯੋਗ ਕਿਵੇਂ ਕਰਨਾ ਹੈ ਉਹ ਵੀ ਦੀ ਸੁਣ ਲਵੋ। ਇਸ ਮੰਤਰ ਨੂੰ ਸਿੱਧ ਕਰਨ ਤੋਂ ਬਾਅਦ ਤੁਸੀਂ ਜਦ ਵੀ ਇਸ ਮੰਤਰ ਦਾ ਪ੍ਰਯੋਗ ਕਰਨਾ ਹੈ ਤਾਂ ਆਪਣੇ ਆਲੇ ਦੁਆਲੇ ਇੱਕ ਲੋਹੇ ਦੀ ਕਰਦ ਦੇ ਨਾਲ ਜਾਂ ਫਿਰ ਲੋਹੇ ਦੇ ਚਾਕੂ ਦੇ ਨਾਲ ਮੰਤਰ ਬੋਲਦੇ ਹੋਏ ਆਪਣੇ ਆਲੇ ਦੁਆਲੇ ਇੱਕ ਗੋਲ ਆਕਾਰ ਦਾ ਘੇਰਾ ਲਗਾ ਲੈਣਾ ਹੈ। ਮੰਤਰ ਪੜ੍ਹੀ ਜਾਣਾ ਹੈ, ਮੰਤਰ ਦਾ ਉਚਾਰਨ ਕਰੀ ਜਾਣਾ ਆ ਅਤੇ ਜਿੰਨੀ ਜਗ੍ਹਾ ਵਿੱਚ ਤੁਸੀਂ ਆਰਾਮ ਨਾਲ ਬੈਠ ਜਾਓ ਉਨੀ ਜਗ੍ਹਾ ਦੇ ਆਲੇ ਦੁਆਲੇ ਲੋਹੇ ਦੀ ਚਾਕੂ ਦੇ ਨਾਲ ਘੇਰਾ ਲਗਾ ਲੈਣਾ ਹੈ ਅਤੇ ਮੰਤਰ ਦਾ ਉਚਾਰਨ ਕਰੀ ਜਾਣਾ ਹੈ। 21 ਵਾਰ ਮੰਤਰ ਦਾ ਉਚਾਰਨ ਕਰਨਾ ਹੈ। ਇਸ ਦੇ ਨਾਲ ਫਿਰ ਤੁਹਾਡੀ ਹਰ ਇੱਕ ਉਪਰੀ ਸ਼ਕਤੀ ਤੋਂ ਰੱਖਿਆ ਰਹੇਗੀ, ਕਿਉਂਕਿ ਜਦੋਂ ਆਪਾਂ ਸਾਧਨਾ ਕਰਦੇ ਹਾਂ ਤਾਂ ਕਈ ਸ਼ਕਤੀਆਂ ਹੁੰਦੀਆਂ ਆ ਜਿਹੜੀਆਂ ਕਿ ਸਾਡੀ ਸਾਧਨਾ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੀਆਂ ਆ ਜਾਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੀਆਂ ਆ, ਸਾਡੇ 'ਤੇ ਅਟੈਕ ਕਰਦੀਆਂ ਹਾਵੀ ਹੁੰਦੀਆਂ ਆ, ਅਤੇ ਉਹਨਾਂ ਸ਼ਕਤੀਆਂ ਤੋਂ ਬਚਣ ਲਈ ਸੁਰੱਖਿਆ ਘੇਰੇ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਆਪਾਂ ਨਹੀਂ ਵੀ ਸਾਧਨਾ ਕੋਈ ਕਰਦੇ ਤਦ ਵੀ ਆਪਣੇ ਕੋਲ ਰੱਖਿਆ ਮੰਤਰ ਹੋਣਾ ਚਾਹੀਦਾ ਹੈ। ਫਿਰ ਆਪਾਂ ਜਿੱਥੇ ਮਰਜ਼ੀ ਚਲੇ ਜਾਈਏ, ਜਿੱਥੇ ਮਰਜ਼ੀ ਆਪਾਂ ਕਵਰਾਂ 'ਚ ਜਾ ਕੇ ਬੈਠ ਜਾਈਏ, ਉੱਥੇ ਵੀ ਕੋਈ ਵੀ ਸ਼ਕਤੀ ਸਾਡਾ ਕੁਝ ਨਹੀਂ ਵਿਗਾੜ ਪਾਵੇਗੀ। ਦੋਸਤੋ ਕਈ ਸਾਧਨਾਵਾਂ ਹੁੰਦੀਆਂ ਜਿਹੜੀਆਂ ਕਿ ਨਦੀ ਕਿਨਾਰੇ ਕੀਤੀਆਂ ਜਾਂਦੀਆਂ ਆ, ਉਜਾੜ ਜਗ੍ਹਾ 'ਤੇ ਜਾ ਕੇ ਕੀਤੀਆਂ ਜਾਂਦੀਆਂ ਆ, ਅਤੇ ਉਹਨਾਂ ਸਾਧਨ ਨੂੰ ਕਰਨ ਵੇਲੇ ਫਿਰ ਕਿਸੇ ਸੱਪ ਜਾਂ ਫਿਰ ਬਿੱਛੂ ਦਾ ਵੀ ਖਤਰਾ ਰਹਿੰਦਾ ਕੋਈ ਡੰਗ ਨਾ ਮਾਰ ਦੇਵੇ, ਤਾਂ ਇਹ ਸੁਰੱਖਿਆ ਦੇ ਘੇਰ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਵੀ, ਇਸ ਤਰ੍ਹਾਂ ਦੀ ਮਖਲੂਕ ਵੀ, ਯਾਨੀ ਕਿ ਸੱਪ ਅਤੇ ਬਿੱਛੂ ਵਰਗੀ ਜਾਨਵਰ ਵੀ ਇਸ ਦੇ ਘੇਰੇ ਵਿੱਚ ਨਹੀਂ ਆ ਸਕਦੇ। ਇਸ ਲਈ ਇਸ ਤਰ੍ਹਾਂ ਦੇ ਸੁਰੱਖਿਆ ਘੇਰੇ ਦਾ ਮੰਤਰ ਨੂੰ ਸਿੱਧ ਕਰਨਾ ਬੇਹੱਦ ਹੀ ਜ਼ਰੂਰੀ ਹੁੰਦਾ ਹੈ। ਦੋਸਤੋ ਸੁਲੇਮਾਨੀ ਰੱਖਿਆ ਮੰਤਰ ਸਿੱਧ ਕਰਨ ਦੇ ਨਾਲ ਨਾ ਤਾਂ ਕੋਈ ਬਿਮਾਰੀ ਦਾ ਡਰ ਪੈ ਰਹਿੰਦਾ, ਨਾ ਹੀ ਕੋਈ ਬਿਮਾਰੀ ਲੱਗਦੀ ਆ, ਅਤੇ ਨਾ ਹੀ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਸਾਧਨਾ ਕਰਨ ਵਾਲੇ 'ਤੇ ਹੋ ਸਕਦਾ ਹੈ। ਜਿਸਨੇ ਇਹ ਮੰਤਰ ਸਿੱਧ ਕੀਤਾ ਹੋਵੇ ਉਸ 'ਤੇ ਕੋਈ ਵੀ ਬੁਰੀ ਸ਼ਕਤੀ ਕੰਮ ਨਹੀਂ ਕਰ ਸਕਦੀ। ਦੋਸਤੋ ਇਸ ਮੰਤਰ ਦਾ ਜਾਪ ਕਰਨ ਲਈ ਤੁਸੀਂ ਹਰੇ ਰੰਗ ਦੀ ਮਾਲਾ ਲੈਣੀ ਹੈ, ਤਸਬੀਹ ਲੈਣੀ ਹੈ ਅਤੇ ਹਰੇ ਰੰਗ ਦਾ ਆਸਣ ਵਿਛਾ ਕੇ ਅਤੇ ਹਰੇ ਰੰਗ ਦੇ ਹੀ ਕੱਪੜੇ ਪਾ ਕੇ ਤੁਸੀਂ ਇਹ ਸਾਧਨਾ ਕਰਨੀ ਹੈ ਅਤੇ ਜਿਸ ਮੰਤਰ ਦਾ ਜਾਪ ਕਰਨਾ ਹੈ ਉਹ ਮੰਤਰ ਸੁਣ ਲਵੋ। ਆਇਤਲ ਕੁਰਸੀ ਕੱਚ ਕੁਰਾਨ ਅੱਗੇ ਪਿੱਛੇ ਤੂ ਰਹਿਮਾਨ ਤੜ ਰੱਖੇ ਖੁਦਾ ਸਿਰ ਰੱਖੇ ਸੁਲੇਮਾਨ। ਇੱਕ ਵਾਰ ਫਿਰ ਸੁਣ ਲਵੋ, ਆਇਤਲ ਕੁਰਸੀ ਕੱਚ ਕੁਰਾਨ
ਅੱਗੇ ਪੁੱਛੇ ਤੂੰ ਰਹਿਮਾਨ, ਧੜ ਰੱਖੇ ਖੁਦਾ, ਸਿਰ ਰੱਖੇ ਸੁਲੇਮਾਨ। ਦੋਸਤੋ, ਹਰ ਰੋਜ਼ ਤੁਸੀਂ ਪੰਜ ਮਾਲਾ ਦਾ ਜਾਪ ਕਰਨਾ ਆ। ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਮੰਤਰ ਜਾਪ ਕਰ ਸਕਦੇ ਹਾਂ। ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਆ। ਇਸ ਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਯਾਨੀ ਕਿ ਮੰਤਰ ਸਿੱਧ ਕਰਨ ਤੋਂ ਪਹਿਲਾਂ, ਤੁਸੀਂ ਪੀਰਾਂ ਦੀ ਜਗ੍ਹਾ 'ਤੇ ਜਾ ਕੇ ਚਿਰਾਗ ਰੋਸ਼ਨ ਕਰਕੇ ਆਉਣਾ ਆ ਅਤੇ ਉੱਥੇ ਮੱਥਾ ਟੇਕ ਕੇ ਆਉਣਾ ਆ ਅਤੇ ਪੀਰਾਂ ਦੇ ਅੱਗੇ ਬੇਨਤੀ ਕਰਨੀ ਹੈ ਕਿ ਮੈਂ ਮੰਤਰ ਸਿੱਧ ਕਰਨ ਜਾ ਰਿਹਾ ਹਾਂ, ਤੁਸੀਂ ਮੇਰੇ 'ਤੇ ਰਹਿਮ ਕਰਨਾ ਹੈ, ਕਿਰਪਾ ਕਰਨੀ ਹੈ, ਮੈਨੂੰ ਸਫਲਤਾ ਬਖਸ਼ਣੀ ਹੈ, ਮੇਰੇ ਅੰਗ ਸੰਗ ਸਹਾਈ ਹੋਣਾ ਆ। ਅਤੇ ਘਰ ਆ ਕੇ ਜਦੋਂ ਤੁਸੀਂ ਮੰਤਰ ਜਪ ਕਰਨਾ ਹੈ, ਉਦੋਂ ਸਰੋਂ ਦੇ ਤੇਲ ਦਾ ਚਿਰਾਗ ਰੋਸ਼ਨ ਕਰਨਾ ਆ, 5 ਅਗਰਬੱਤੀਆਂ ਲਗਾ ਕੇ ਤੁਸੀਂ ਹਰ ਰੋਜ਼ ਇਹ ਸਾਧਨਾ ਕਰਨੀ ਆ। 21 ਦਿਨ ਦੀ ਇਹ ਸਾਧਨਾ ਹੈ। 21 ਦਿਨਾਂ ਬਾਅਦ ਜਦੋਂ ਤੁਹਾਡਾ ਮੰਤਰ ਸਿੱਧ ਹੋ ਜਾਵੇ ਤਾਂ ਤੁਸੀਂ ਪੀਰਾਂ ਦੀ ਜਗ੍ਹਾ 'ਤੇ ਜਾ ਕੇ, ਦਰਗਾਹ 'ਤੇ ਜਾ ਕੇ ਚਾਦਰ ਚੜ੍ਹਾ ਕੇ ਆਉਣੀ ਆ ਅਤੇ ਨਿਆਜ਼ ਦੇ ਕੇ ਆਉਣੀ ਆ। ਦੋਸਤੋ, ਇਸ ਮੰਤਰ ਦੇ ਨਾਲ ਤੁਸੀਂ ਕਿਸੇ ਦੀ ਨਜ਼ਰ ਵੀ ਉਤਾਰ ਸਕਦੇ ਹਾਂ। ਚਾਹੇ ਘਰ ਵਿੱਚ ਕਿਸੇ ਨੂੰ ਨਜ਼ਰ ਲੱਗੀ ਹੋਵੇ, ਕਿਸੇ ਬੱਚੇ ਨੂੰ ਜਾਂ ਫਿਰ ਵੱਡੇ ਨੂੰ ਨਜ਼ਰ ਲੱਗੀ ਹੋਵੇ, ਜਾਂ ਫਿਰ ਤੁਹਾਡੇ ਕੋਲ ਕੋਈ ਰੋਗੀ ਆਉਂਦਾ ਜਿਹਨੂੰ ਨਜ਼ਰ ਲੱਗੀ ਆ, ਜਾਂ ਫਿਰ ਕੋਈ ਓਪਰੀ ਬਾਧਾ, ਕੋਈ ਬੁਰਾ ਸਾਇਆ ਉਸਦੇ ਸਰੀਰ 'ਤੇ ਹੈ, ਤਾਂ ਉਸਨੂੰ ਤੁਸੀਂ ਕਿਸੇ ਰਾਖ 'ਤੇ ਇਸ ਮੰਤਰ ਨੂੰ 21 ਵਾਰ ਪੜ੍ਹ ਕੇ ਦੇ ਸਕਦੇ ਹਾਂ, ਜਾਂ ਫਿਰ ਸਾਫ਼ ਜਲ 'ਤੇ ਤੁਸੀਂ ਉਸ ਸ਼ਖਸ ਨੂੰ ਜਲ ਬਣਾ ਕੇ ਦੇ ਸਕਦੇ ਹਾਂ, ਜਾਂ ਫਿਰ ਮੋਰ ਪੰਖ ਦੇ ਨਾਲ ਤੁਸੀਂ ਉਸਦਾ ਹੱਥ ਹੌਲਾ ਵੀ ਕਰ ਸਕਦੇ ਹਾਂ। 21 ਵਾਰ ਇਸ ਮੰਤਰ ਦਾ ਜਾਪ ਕਰਕੇ ਤੁਸੀਂ ਇਹ ਕਾਰਜ ਕਰ ਸਕਦੇ ਹਾਂ। ਯਾਨੀ ਕਿ ਸਿੱਧ ਹੋ ਜਾਣ ਤੋਂ ਬਾਅਦ ਤੁਸੀਂ ਇਸ ਮੰਤਰ ਨੂੰ ਲੋਕ ਭਲਾਈ ਦੇ ਕੰਮਾਂ ਲਈ ਵੀ ਵਰਤ ਸਕਦੇ ਹਾਂ। ਦੋਸਤੋ, ਬਹੁਤ ਹੀ ਪਾਵਰਫੁੱਲ ਇਹ ਮੰਤਰ ਹੈ। ਛੋਟਾ ਜਿਹਾ ਮੰਤਰ ਹੈ, ਪਰ ਇਸ ਦੀ ਸ਼ਕਤੀ ਬਹੁਤ ਵੱਡੀ ਹੈ। ਜੇਕਰ ਤੁਸੀਂ ਸਿੱਧ ਕਰ ਲਿਆ ਇਸ ਮੰਤਰ ਨੂੰ, ਤਾਂ ਤੁਹਾਨੂੰ ਆਪਣੇ ਆਪ ਹੀ ਇਸ ਮੰਤਰ ਦੀ ਸ਼ਕਤੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ, ਤੁਹਾਨੂੰ ਇਸ ਸ਼ਕਤੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ। ਵੱਡੇ ਵੱਡੇ ਤਾਂਤਰਿਕ ਵਿਦਵਾਨ ਇਸ ਮੰਤਰ ਨੂੰ ਸਿੱਧ ਕਰਦੇ ਨੇ। ਇਸ ਮੰਤਰ ਨੂੰ ਅਜ਼ਮਾਇਆ ਹੋਇਆ ਇਹ ਮੰਤਰ ਹੈ, ਸਿੱਧ ਕੀਤਾ ਹੋਇਆ ਇਹ ਮੰਤਰ ਹੈ। ਇਸ ਮੰਤਰ ਨੂੰ ਸਿੱਧ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ, ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ। ਉਸ ਤੋਂ ਬਾਅਦ ਹੀ ਸਾਧਨਾ ਸ਼ੁਰੂ ਕਰਨੀ ਆ। ਸਿਰਫ 21 ਦਿਨ ਦੀ ਸਾਧਨਾ ਹੈ। ਸ਼ਾਮ 7 ਵਜੇ ਤੋਂ ਬਾਅਦ ਹੀ ਤੁਸੀਂ ਸਾਧਨਾ ਕਰਨ ਲਈ ਬੈਠਣਾ ਆ। ਕਿਸੇ ਇਕਾਂਤ ਕਮਰੇ ਵਿੱਚ ਤੁਸੀਂ ਸਾਧਨਾ ਕਰਨੀ ਆ, ਜਿੱਥੇ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਨਾ ਆਵੇ ਜਾਵੇ। ਇਸ ਤਰ੍ਹਾਂ ਦੇ ਕਮਰੇ ਦਾ ਚੋਣ ਕਰਨੀ ਹੈ ਅਤੇ ਆਪਣੇ ਕੱਪੜਿਆਂ 'ਤੇ ਅਤੇ ਪੂਰੇ ਕਮਰੇ ਦੇ ਵਿੱਚ ਤੁਸੀਂ ਇਤਰ ਛਿੜਕ ਕੇ ਰੱਖਣਾ ਹੈ ਆਪਣੇ ਕਮਰੇ ਨੂੰ, ਅਤੇ ਆਪਣੇ ਆਪ ਨੂੰ ਹਮੇਸ਼ਾ ਖੁਸ਼ਬੂਦਾਰ 21 ਦਿਨਾਂ ਤੱਕ ਰੱਖਣਾ ਹੈ, ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਜਾਂ ਫਿਰ ਮਾਸ ਮਦਿਰਾ ਦਾ ਸੇਵਨ ਨਹੀਂ ਕਰਨਾ, ਅਤੇ 21 ਦਿਨ ਤੱਕ ਬਿਲਕੁਲ ਸਾਫ਼ ਪਾਕ ਰਹਿਣਾ ਹੈ। ਸਾਧਨਾ ਕਰਨ ਤੋਂ ਪਹਿਲਾਂ ਹਰ ਰੋਜ਼ ਬਾਵਜੂ ਜ਼ਰੂਰ ਹੋਣਾ ਹੈ, ਅਤੇ ਜਿਹੜਾ ਵੀ ਟਾਈਮ ਤੁਸੀਂ ਪਹਿਲੇ ਦਿਨ ਰੱਖ ਲਿਆ, ਬਾਕੀ 21 ਦਿਨਾਂ ਤੱਕ ਉਹੀ ਟਾਈਮ ਤੁਹਾਡਾ ਹਰ ਰੋਜ਼ ਰਹਿਣਾ ਚਾਹੀਦਾ ਹੈ। ਜਿੱਦਾਂ ਕਿ ਤੁਸੀਂ ਹਰ ਰੋਜ਼ 7:30 ਵਜੇ ਸਾਧਨਾ ਸ਼ੁਰੂ ਕਰਦੇ ਹਾਂ, ਸਾਧਨਾ 'ਤੇ ਬੈਠਦੇ ਹਾਂ, ਤਾਂ ਹਰ ਰੋਜ਼ 21 ਦਿਨ ਤੱਕ 7:30 ਵਜੇ ਹੀ ਤੁਸੀਂ ਸਾਧਨਾ 'ਤੇ ਬੈਠਣਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਇਸ ਮੰਤਰ ਨੂੰ ਸਿੱਧ ਕਰੋਗੇ ਤਾਂ ਮੰਤਰ ਜ਼ਰੂਰ ਸਿੱਧ ਹੋਵੇਗਾ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ, ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।